ਹਾਂ ਜੀ ਹਾਂ ਜੀ ਨੈਕਸਟ ਦੇ ਕੋਲ ਆਪਣਾ ਆ ਗਿਆ ਅਨਪਲੀਜ਼ੈਂਟ ਕੀ ਬੋਲਾਂਗੇ ਇਸ ਨੂੰ ਅਨਪਲੀਜ਼ੈਂਟ ਕੀ ਚੀਜ਼ ਹੈ ਬੇਟਾ ਅਨਪਲੀਜ਼ੈਂਟ ਆਪਾਂ ਕਿਸ ਨੂੰ ਕਹਿੰਦੇ ਆ ਪਲੀਜ਼ੈਂਟ ਵਰਡ ਹੈ ਜੋ ਚੰਗੇ ਲਈ ਖੁਸ਼ ਲਈ ਯੂਜ਼ ਹੁੰਦਾ ਜੋ ਪਲੀਜ਼ੈਂਟ ਵਰਡ ਹੈ ਅਨਪਲੀਜ਼ੈਂਟ ਮਤਲਬ ਕਿ ਖੁਸ਼ ਨਾ ਹੋਣਾ ਬੁਰਾ ਬੁਰੇ ਲਈ ਯੂਜ਼ ਕਰਦੇ ਆ ਨਾਟ ਗੁੱਡ ਔਰ ਫਾਊਲ ਇਹਦਾ ਸੇਮ ਮੀਨਿੰਗ ਹੈ ਨਾਟ ਗੁੱਡ ਵੀ ਅੱਛਾ ਨਹੀਂ ਹੈ ਔਰ ਅਨਪਲੀਜ਼ੈਂਟ ਦਾ ਮਤਲਬ ਵੀ ਜੋ ਕਿ ਖੁਸ਼ ਨਹੀਂ ਹੈ ਜਾਂ ਜਿੱਥੇ ਸ਼ਾਂਤੀ ਨਹੀਂ ਹੈ ਇਹ ਚੀਜ਼ ਲਈ ਯੂਜ਼ ਕਰਦੇ ਠੀਕ ਹੈ ਡੈਫੀਕੇਟ ਐਕਸਕ੍ਰੀਟ ਡੈਫੀਕੇਟ ਕੀ ਹੁੰਦਾ ਹੈ ਜਿਵੇਂ ਆਪਾਂ ਟੋਇਲਟ ਜਾਂਦੇ ਹਾਂ ਸਮਝ ਰਹੇ ਹੋ ਟੋਇਲਟ ਜਾਣਾ ਲੇਟ ਕਰਦਾ ਡੈਫੀਕੇਟ ਇੰਗਲਿਸ਼ ਦੇ ਵਿੱਚ ਤੁਸੀਂ ਸਿਰਫ ਟੋਇਲਟ ਵਰਡ ਹੀ ਸੁਣਿਆ ਡੈਫੀਕੇਟ ਵੀ ਟੋਇਲਟ ਨੂੰ ਹੀ ਕਿਹਾ ਜਾਂਦਾ ਹੈ ਮਤਲਬ ਆਪਣਾ ਫਲੱਸ਼ ਜਾਣਾ ਠੀਕ ਹੈ ਟੋਇਲਟ ਜਾਣਾ ਫਲੱਸ਼ ਜਾਣਾ ਜੋ ਮਾਰਨਿੰਗ ਸੁਬਾਹ ਸਾਰੇ ਹੀ ਜਾਂਦੇ ਨੇ ਇਹਦਾ ਸੇਮ ਮੀਨਿੰਗ ਹੈ ਐਕਸਕ੍ਰੀਟ ਐਕਸਕ੍ਰੀਟ ਵੀ ਉਹੀ ਚੀਜ਼ ਹੁੰਦੀ ਹੈ ਸੋਚ ਸੁਚਾਲੀ ਸੋਚ ਠੀਕ ਹੈ ਨਾ ਨੈਕਸਟ ਹੈ ਆਰਡਰ ਆਰਡਰ ਦੇਖੋ ਇੰਗਲਿਸ਼ ਇੰਗਲਿਸ਼ ਦੇ ਵਿੱਚ ਵਰਡ ਹੈ ਓ ਆਰ ਡੀ ਆਰ ਉਹ ਵੀ ਆਰਡਰ ਹੁੰਦਾ ਇਹ ਵੀ ਆਰਡਰ ਹੁੰਦਾ ਬਟ ਇਹਨਾਂ ਨੂੰ ਹੋਮੋਫੋਨਸ ਦੀ ਤਰ੍ਹਾਂ ਯੂਜ਼ ਕਰਿਆ ਜਾਂਦਾ ਹੈ ਸਪੈਲਿੰਗ ਡਿਫਰੈਂਟ ਨੇ ਔਰ ਮੀਨਿੰਗ ਡਿਫਰੈਂਟ ਹੈ ਇਹ ਹੋਮੋਫੋਨਸ ਨੇ ਆਰਡਰ ਔਰ ਇਹ ਵਾਲਾ ਆਰਡਰ ਉਹ ਆਰਡਰ ਤੁਸੀਂ ਸੁਣਿਆ ਹੋਗਾ ਫਿਲਮਾਂ ਦੇ ਵਿੱਚ ਯੂਜ਼ ਕਰਦੇ ਜਿਵੇਂ ਜੱਜ ਹੀ ਨਹੀਂ ਕਰਦਾ ਹੈਗਾ ਆਰਡਰ ਆਰਡਰ ਕਰਦਾ ਨਾ ਇਹ ਆਰਡਰ ਹੈ ਸਮੈਲ ਵਾਲਾ ਠੀਕ ਹੈ ਇਹ ਆਰਡਰ ਆਪਾਂ ਕਹਿੰਦੇ ਆ ਜਿਹੜੀ ਕੋਈ ਸਮੈਲ ਹੁੰਦੀ ਹੈ ਬੈਡ ਸਮੈਲ ਠੀਕ ਹੈ ਬੈਡ ਸਮੈਲ ਉਸ ਨੂੰ ਕਹਿੰਦੇ ਆ ਆਪਾਂ ਆਰਡਰ ਨੈਕਸਟ ਹੈ ਇਗਨੋਰੈਂਟ ਇਗਨੋਰੈਂਟ ਹੁੰਦਾ ਲੈਕਿੰਗ ਨੌਲੇਜ ਨੌਲੇਜ ਦੀ ਘਾਟ ਗਿਆਨ ਦੀ ਘਾਟ ਕਹਿੰਦੇ ਨੇ ਜੀ ਸਮਝ ਆ ਰਹੀ ਹੈ ਕੀਵਰਡ ਲਿਖਿਆ ਉਹਨਾਂ ਨੇ ਇਗਨੋਰੈਂਟ ਵੀ ਜਿਹਦਾ ਆਪਾਂ ਨੂੰ ਕੋਈ ਚੀਜ਼ ਨਹੀਂ ਪਤਾ ਲੱਗ ਰਹੀ ਆਪਾਂ ਉਹਨੂੰ ਇਗਨੋਰ ਵੀ ਕਰੀ ਜਾਂਦੇ ਹਾਂ ਤੁਸੀਂ ਕਹੋਗੇ ਮੈਡਮ ਜੀ ਇਗਨੋਰੈਂਟ ਇਗਨੋਰ ਇਗਨੋਰ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਅਣਦੇਖਿਆ ਕਰ ਦੇਣਾ ਇਗਨੋਰ ਕਰ ਦੇਣਾ ਪਰ ਇਗਨੋਰੈਂਟ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਜਦੋਂ ਆਪਾਂ ਨੂੰ ਕੋਈ ਚੀਜ਼ ਨਹੀਂ ਉਸ ਚੀਜ਼ ਦੀ ਨੌਲੇਜ ਤਾਂ ਇਗਨੋਰ ਉਹ ਆਪਣੇ ਨਾਲੋਂ ਇਗਨੋਰ ਹੀ ਹੈ ਆਪਣੇ ਵੱਲੋਂ ਉਹ ਚੀਜ਼ ਇਗਨੋਰ ਹੁੰਦੀ ਰਹਿੰਦੀ ਹੈ ਠੀਕ ਹੈ ਜਿਵੇਂ ਕਿ ਇਸ ਲੈਸਨ ਦੇ ਵਿੱਚ ਆਇਆ ਸੀਗਾ ਫਰੋਗ ਪਾਲਾ ਸੀ ਤੇ ਉਹਦੀ ਵਾਈਫ ਉਹਨੂੰ ਉਸ ਚੀਜ਼ ਬਾਰੇ ਨੌਲੇਜ ਸੀ ਵੀ ਆਪਾਂ ਨੇ ਲੋਕਾਂ ਨੂੰ ਕਿਵੇਂ ਜਾਗਰੂਕ ਕਰਨਾ ਹਨਾ ਘਰ ਘਰ ਜਾ ਕੇ ਥਾਵਾਂ ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਪਰ ਪਾਲਾ ਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਸੀ ਵੀ ਤਾਂ ਉਹ ਕਹਿੰਦਾ ਉਹਨੂੰ ਜਦ ਇੱਕ ਵਰਡ ਵੀ ਆਉਂਦਾ ਹੈਗਾ ਵੀ ਡਾਇਰੀਆ ਤੋਂ ਪਹਿਲਾਂ ਇੱਕ ਵਰਡ ਕਿਹੜਾ ਹੁੰਦਾ ਡੇਂਜਰ ਡੇਂਜਰ ਵਰਡ ਆਉਂਦਾ ਨਾ ਤਾਂ ਡੇਂਜਰ ਦੀ ਨੌਲੇਜ ਹੈ ਜਿਹੜੀ ਉਹਦੀ ਵਾਈਫ ਵੀਰੋ ਨੂੰ ਹੁੰਦੀ ਹੈ ਪਾਲਾ ਨੂੰ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਹੈਗੀ ਕਿਉਂ ਪਾਲਾ ਨੂੰ ਇਹ ਹੁੰਦਾ ਵੀ ਸਾਰੇ ਲੋਕੀ ਆਉਂਦੇ ਨੇ ਇੱਥੇ ਆ ਕੇ ਚਲੇ ਜਾਂਦੇ ਨੇ ਪੂਰੀ ਸਭ ਫਲੱਸ਼ ਜਾਂਦੇ ਨੇ ਤਾਂ ਉਹ ਵੀਰੋ ਹੈ ਜਿਹੜੀ ਉਹਨੂੰ ਇਸ ਬਾਰੇ ਨੌਲੇਜ ਹੁੰਦੀ ਹੈ ਕਿ ਇਹਨਾਂ ਦਾ ਤਾਂ ਕੋਈ ਨੁਕਸਾਨ ਨਹੀਂ ਹੋ ਰਿਹਾ ਪਰ ਸਾਡਾ ਨੁਕਸਾਨ ਹੋ ਰਿਹਾ ਜਿਹੜਾ ਹੋ ਰਿਹਾ ਕਿ ਨਹੀਂ ਤਾਂ ਕਰਕੇ ਉਹ ਪਹਿਲਾਂ ਪਾਲਾ ਨੂੰ ਸਮਝਾਉਂਦੀ ਹੈ ਆਪਣੇ ਹਸਬੈਂਡ ਨੂੰ ਸਮਝਾਉਂਦੀ ਹੈ ਉਸ ਤੋਂ ਬਾਅਦ ਉਹ ਥਾਂ ਥਾਂ ਜਾ ਕੇ ਸਭ ਲੋਕਾਂ ਨੂੰ ਵੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੀ ਹੈ ਠੀਕ ਹੈ ਆਪਾਂ ਇੰਗਲਿਸ਼ ਵਿੱਚ ਇਹਨੂੰ ਲੈਕਿੰਗ ਨੌਲੇਜ ਵੀ ਬੋਲ ਸਕਦੇ ਹਾਂ ਇਗਨੋਰੈਂਟ ਵੀ ਬੋਲ ਸਕਦੇ ਅਨਪਲੀਜ਼ੈਂਟ ਨੋਟ ਗੁੱਡ ਫਾਊਂਡ ਡੈਫੀਕੇਟ ਐਕਸਕ੍ਰੀਟ ਆਰਡਰ ਬੈਡ ਸਮੈਲ ਬੈਡ ਸਮੈਲ ਹੁੰਦੀ ਹੈ ਨਾ ਇੱਕ ਗੰਦੀ ਸਮੈਲ ਆਰਡਰ ਐਵੇਂ ਹੀ ਇੱਕ ਚੰਗੀ ਖੁਸ਼ਬੂ ਵੀ ਹੁੰਦੀ ਹੈ ਚੰਗੀ ਸਮੈਲ ਵੀ ਹੁੰਦੀ ਹੈ ਉਹਨੂੰ ਆਪਾਂ ਯੂਜ਼ ਕਰਾਂਗੇ